ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਅਤੇ ਤਾਜ਼ਾ ਖਬਰਾਂ ਲਈ ਸਬਸਕ੍ਰਾਈਬ ਕਰੋ, ਲਾਈਵ ਕਵਰੇਜ ਲਈ ਸੰਪਰਕ ਕਰੋ। ਧੰਨ ਧੰਨ ਬਾਬਾ ਸਹਿਣ ਭਗਤ ਜੀ ਦਾ ਜਨਮ ਦਿਵਸ। ਦਹਿਰਾ ਸਹਿਣ ਭਗਤ ਜੀ ਪ੍ਰਬੰਧਕ ਕਮੇਟੀ ਵੱਲੋਂ ਦਹਿਰਾ ਸਹਿਣ ਭਗਤ ਜੀ ਪਿੰਡ ਪ੍ਰਤਾਪਪੁਰਾ ਵਿਖੇ ਬੜੀ ਸ਼ਰਧਾ ਭਾਵਨਾ ਅਤੇ ਧੂਮ ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ, ਉਪਰੰਤ ਕੀਰਤਨ ਦੀਵਾਨ ਸਜਾਇਆ ਗਿਆ, ਜਿਸ ਵਿੱਚ ਨਾਮਵਾਰ ਕੀਰਤਨੀ ਜਥਿਆਂ ਨੇ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਕਮੇਟੀ ਪ੍ਰਧਾਨ ਮੱਖਣ ਪੱਲਨ ਨੇ ਬੋਲਦਿਆਂ ਕਿਹਾ ਕਿ ਇਸ ਪਵਿੱਤਰ ਅਸਥਾਨ ਤੇ ਸਥਿਤ ਇਤਿਹਾਸਿਕ ਖੂਹ ਤੇ ਇੱਕ ਬਿਲਡਿੰਗ ਦੀ ਉਸਾਰੀ ਕੀਤੀ ਜਾ ਰਹੀ ਹੈ, ਜਿਸ ਦੀ ਉਸਾਰੀ ਵਾਸਤੇ ਅੱਜ ਅਰਦਾਸ ਕੀਤੀ ਗਈ। ਉਹਨਾਂ ਨੇ ਦੱਸਿਆ ਕਿ ਕਮੇਟੀ ਵੱਲੋਂ ਆਉਣ ਵਾਲੇ ਸਮੇਂ 'ਚ ਬਾਬਾ ਸਹਿਣ ਭਗਤ ਜੀ ਦੇ ਨਾਮ 'ਤੇ ਇੱਕ ਸਕੂਲ ਵੀ ਬਣਾਇਆ ਜਾਵੇਗਾ। ਸਕੂਲ ਵਾਸਤੇ ਉਹਨਾਂ ਨੇ ਪ੍ਰਵਾਸੀ ਭਾਰਤੀਆਂ ਅਤੇ ਇਲਾਕਾ ਨਿਵਾਸੀਆਂ ਪਾਸੋਂ ਸਹਿਯੋਗ ਦੀ ਮੰਗ ਕੀਤੀ। ਇਸ ਮੌਕੇ ਪ੍ਰਧਾਨ ਮੱਖਣ ਪੱਲਨ, ਸੀਨੀਅਰ ਮੀਤ ਪ੍ਰਧਾਨ ਸਰਵਨ ਸਿੰਘ ਫੌਜੀ, ਸਕੱਤਰ ਜਸਵਿੰਦਰ ਸਿੰਘ, ਖਜ਼ਾਨਚੀ ਸੁਰਿੰਦਰ ਕੁਮਾਰ ਸ਼ੀਰਾ, ਗੁਰਜੀਤ ਸਿੰਘ, ਗੁਰਪ੍ਰੀਤ ਸਿੰਘ ਸਹੋੜੀ, ਹਰਮੇਸ਼ ਲਾਲ, ਬਲਵੀਰ ਸਿੰਘ, ਬੁੱਢਾ ਸਿੰਘ, ਗੁਰਦੇਵ ਸਿੰਘ ਕੈਨੇਡਾ, ਜੀਵਨ ਕੁਮਾਰ ਜੰਡਿਆਲਾ ਤੋਂ ਇਲਾਵਾ ਵੱਡੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ। ਸ਼੍ਰੋਮਣੀ ਭਗਤ ਬਾਬਾ ਸਹਿਣ ਭਗਤ ਮਹਾਰਾਜ ਜੀ, ਜਿਨ੍ਹਾਂ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 'ਚ ਦਰਜ ਆ, ਅੱਜ ਦੇਹਰਾ ਸਾਹਿਬ ਪ੍ਰਤਾਪਪੁਰਾ ਵਿਖੇ ਬਾਬਾ ਜੀ ਦਾ ਪ੍ਰਗਟ ਦਿਵਸ ਮਨਾਇਆ ਗਿਆ ਆ। ਇਹ ਦਿਹਾੜਾ ਪ੍ਰਬੰਧਕ ਕਮੇਟੀ ਵੱਲੋਂ ਜਿਵੇਂ ਟਿੱਕਾ ਭਾਈ ਦੂਜ 'ਤੇ ਮਨਾਇਆ ਜਾਂਦਾ ਆ, ਭਾਈ ਸਾਹਿਬ ਸਿੰਘ ਜੀ ਦੀ ਯਾਦ ਦੇ ਵਿੱਚ ਵਿਸਾਖੀ ਦੇ ਉੱਤੇ ਨਗਰ ਕੀਰਤਨ ਕੱਢਿਆ ਜਾਂਦਾ ਆ, ਇਸੇ ਤਰ੍ਹਾਂ ਹੀ ਇਹ ਦਿਹਾੜਾ ਜਿਹੜਾ ਆ ਬਾਬਾ ਜੀ ਦਾ ਪ੍ਰਗਟ ਦਿਵਸ ਦਾ, ਇਹਨੂੰ ਸਾਲਾਨਾ ਕਮੇਟੀ ਮਨਾਊਗੀ। ਔਰ ਇਸ ਦੇ ਨਾਲ ਹੀ ਅੱਜ ਇੱਥੇ ਇੱਕ ਇਤਿਹਾਸਕ ਜਿਹੜਾ ਬਾਬਾ ਜੀ ਦਾ ਖੂਹ ਸੀ, ਜਿੱਥੇ ਬਾਬਾ ਜੀ ਇਸ਼ਨਾਨ ਕਰਦੇ ਸੀ, ਉਹਨਾਂ ਦੀ ਯਾਦ ਦੇ ਵਿੱਚ ਇੱਕ ਬਹੁਤ ਹੀ ਵਧੀਆ ਖੂਬਸੂਰਤ ਜਿਹੜਾ ਆ ਉਹ ਇੱਥੇ ਜਿਹੜੀ ਆ ਖੂਹ ਦੇ ਉੱਪਰ ਜਿਹੜੀ ਆ ਬਿਲਡਿੰਗ ਦੀ ਉਸਾਰੀ ਹੋਣ ਜਾ ਰਹੀ ਆ, ਜਿਹਦੀ ਅੱਜ ਅਰਦਾਸ ਕੀਤੀ ਗਈ ਆ। ਅਸੀਂ NRI ਭਰਾਵਾਂ ਤੋਂ ਔਰ ਇਲਾਕੇ ਦੇ ਲੋਕਾਂ ਕੋਲੋਂ ਇਸ ਗੱਲ ਦੀ ਬੇਨਤੀ ਕਰਦੇ ਹਾਂ ਕਿ ਅਸੀਂ ਇੱਥੇ ਬਾਬਾ ਸਹਿਣ ਭਗਤ ਮਹਾਰਾਜ ਜੀ ਦੀ ਯਾਦ ਦੇ ਵਿੱਚ ਇੱਕ ਸਕੂਲ ਵੀ ਬਣਾਉਣਾ ਚਾਹੁੰਦੇ ਹਾਂ। ਉਹਦੇ ਲਈ ਅਸੀਂ ਇੱਥੇ ਜ਼ਮੀਨ ਵੀ ਦੇਖ ਰਹੇ ਹਾਂ ਅਤੇ ਹੋ ਸਕਦਾ 5-7 ਏਕੜ ਜ਼ਮੀਨ ਜਿਹੜੀ ਆ ਉਹ ਅਸੀਂ ਲੈ ਕੇ ਬਾਬਾ ਜੀ ਦੀ ਯਾਦ ਦੇ ਵਿੱਚ ਇੱਕ ਬਹੁਤ ਵਧੀਆ ਸਕੂਲ ਬਣਾਈਏ, ਜਿੱਥੇ ਹਰ ਇੱਕ ਬੱਚਾ, ਚਾਹੇ ਉਹ ਗਰੀਬ ਘਰ ਦਾ ਹੋਵੇ, ਉਹ ਇੱਥੇ ਚੰਗੀ ਵਧੀਆ ਵਿੱਦਿਆ ਲੈ ਸਕਦਾ ਆ। ਇਹਦੇ ਲਈ ਅਸੀਂ ਅੱਜ ਦੇ ਦਿਨ ਦੇ ਉੱਤੇ ਬਾਬਾ ਜੀ ਦੇ ਪ੍ਰਗਟ ਦਿਵਸ 'ਤੇ ਇੱਥੇ ਆਈਆਂ ਹੋਈਆਂ ਸਮੁੱਚੀ ਸਾਧ ਸੰਗਤ ਨੂੰ ਜੀਆਂ ਆਖਦੇ ਹਾਂ, ਧੰਨਵਾਦ ਆਖਦੇ ਕਰਦੇ ਹਾਂ ਔਰ ਕਮੇਟੀ ਵੱਲੋਂ ਆਸ ਕਰਦੇ ਹਾਂ ਕਿ ਇਸ ਤਰ੍ਹਾਂ ਹੀ ਲੋਕਾਂ ਦਾ ਸਹਿਯੋਗ ਮਿਲਦਾ ਰਹੂਗਾ ਅਤੇ ਬਾਬਾ ਜੀ ਦਾ ਜਿਹੜਾ ਤਪ ਸਥਾਨ ਆ ਇਸ 'ਤੇ ਇਸ ਤਰ੍ਹਾਂ ਹੀ ਮੇਲੇ ਲੱਗਦੇ ਰਹਿਣਗੇ। ਧੰਨਵਾਦ।